Star AG News Channel ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ Star AG News Channel ਨੂੰ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰੋ ਸਸਕਲ ਜੀ ਮੈਂ ਤੁਹਾਡਾ ਆਪਣਾ ਅਬਰਜੀਤ ਸਿੰਘ ਸਾਰੇ ਜੀ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਇਸ ਟਾਈਮ ਆਸੀਂ ਪਹੁੰਚੇ ਆਂ 골ਡਨ ਜੁਬਲੀ ਡਿਪਾਰਟਮੈਂਟ ਦੇ ਵਿੱਚ ਤੇ ਜੋ ਕੀ ਪਾਮ ਵਾਲੇ ਦੀ ਮੀਟਿੰਗ ਚੱਲ ਰਹੀ ਸੀ ਤੇ ਆਪਾਂ ਗੱਲਬਾਤ ਕਰਦੇ ਆਂ ਸਾਡੇ ਨਾਲ ਕੁਝ ਸੱਜਣ ਖੜੇ ਆ ਆਓ ਗੱਲਬਾਤ ਕਰਦੇ ਆਂ ਇਹਨਾਂ ਨਾਲ ਹਾਂਜੀ ਸਸਕਲ ਜੀ ਸਤਿ ਸ੍ਰੀ ਅਕਾਲ ਜੀ ਸੱਚ ਜਿਹੜੀ ਅੱਜ ਮੀਟਿੰਗ ਹੋਈ ਉਸ ਬਾਰੇ ਕੀ ਕਹਿੰਨਗੇ ਤੁਸੀਂ ਮੀਟਿੰਗ ਸਾਰੇ ਸਾਡੇ ਜਿਹੜੇ ਡੀਨ ਐਗਰੀਕਲਚਰ ਨੇ ਡਾਕਟਰ ਪ੍ਰਤਾਪ ਕੁਮਾਰ ਪਤੀ ਜੀ ਉਹਨਾਂ ਨੇ ਸਾਨੂੰ ਸੱਦਾ ਦਿੱਤਾ ਸੀ ਸਾਡਾ ਇੱਕ ਪ੍ਰੋਗਰੈਸਿਵ ਕਿਸਾਨਾਂ ਦਾ ਗਰੁੱਪ ਹੈ ਜੰਗਨਿਊਏਟਿਵ ਫਾਰਮਰ ਗਰੁੱਪ ਅਸੀਂ ਪੰਜਾਬ ਦੇ ਵਿੱਚ ਨਹੀਂ ਉੱਤਰੀ ਭਾਰਤ ਵਿੱਚ ਪਹਿਲੇ ਆ 2014 ਤੋਂ ਤਾਂ ਇੱਥੇ ਜਿਹੜੇ ਨੀਦਰਲੈਂਡ ਤੋਂ ਐਕਸਪਰਟ ਆਏ ਨੇ ਜਿਹੜੀ ਪੰਪ ਸੰਸਥਾ ਆ ਤੇ ਉਹਨਾਂ ਨੇ ਸਾਨੂੰ ਕਿਸਾਨਾਂ ਦੇ ਤੌਰ ਤੇ ਇਨਵਾਈਟ ਕੀਤਾ ਡਾਕਟਰ ਪਤੀ ਜੀ ਨੇ ਕਿ ਜਿਹੜੀ ਕੋਈ ਆਪਣੀ ਗੱਲਬਾਤ ਆ ਜਿਸ ਤਰ੍ਹਾਂ ਹੁਣ ਆਉਣ ਵਾਲੇ ਸਮੇਂ ਦਾ ਜੋ ਖੇਤੀ ਦਾ ਪਵਿਖਿਆ ਕਿਸ ਤਰ੍ਹਾਂ ਦੀ ਟੈਕਨੋਲੋਜੀ ਆ ਜਾਂ ਮਾਰਕੀਟਿੰਗ ਦੇ ਵਿੱਚ ਸਟੋਰੇਜ ਦੇ ਵਿੱਚ ਇਹ ਵੋ ਸਾਰੀਆਂ ਉਹ ਸਾਰੀਆਂ ਗੱਲਾਂ ਮਤਾਂ ਅਸੀਂ ਉਹਨਾਂ ਨਾਲ ਕੀਤੀਆਂ ਕਿ ਉਹ ਸਾਡੀ ਕਿਸ ਤਰ੍ਹਾਂ ਸਹਾਇਤਾ ਕਰ ਸਕਦੇ ਆ ਤੇ ਕਿਸਾਨ ਹੋਣ ਦੇ ਨਾਲ ਤੇ ਜਿਹੜੇ ਸਾਡੇ ਆਪਣੇ ਕੱਲੋ ਵੀ ਤੋਖਲੇ ਖਰਚੇ ਚੁਣੌਤੀਆਂ ਸਾਰਾ ਕੁਝ ਉਹਨਾਂ ਨੇ ਸਾਂਝੀਆਂ ਕੀਤੀਆਂ ਪਰ ਮੇਨ ਗੱਲ ਇਹ ਆ ਵੀ ਇੱਕ ਗੱਲ ਪੱਕੀ ਆ ਕਿ ਜੇ ਕਣਕ ਛੋਨੇ ਤੋਂ ਬਾਹਰ ਨਿਕਲਣਾ ਤੇ ਸਾਨੂੰ ਇੱਕ ਵੱਖਰੀ ਤਰ੍ਹਾਂ ਦਾ ਢਾਂਚਾ ਚਾਹੀਦਾ ਇਨਫਰਾਸਟ੍ਰਕਚਰ ਇਨਫਰਾਸਟ੍ਰਕਚਰ ਜਿਹੜਾ ਹੁੰਦਾ ਵਾ ਉਹ ਸਰਕਾਰ ਦੀਆਂ ਨੀਤੀਆਂ ਤੇ ਨੀਤਾਂ ਨਾਲ ਮੇਲ ਖਾਂਦਾ ਆ ਉਹ ਕੋਈ ਪਾਲਿਸੀ ਬਣਾਉਣਗੇ ਉਹ ਬਣਨਗਾ ਜਿਸ ਤੱਕ ਪ੍ਰੋਡਕਸ਼ਨ ਦਾ ਸਵਾਲ ਆ ਉਤੇ ਪੰਜਾਬ ਦੇ ਫਾਰਮਰ ਨੂੰ ਜੋ ਵੀ ਕਹਿ ਲੋਗੇ ਉਹ ਪੈਦਾ ਕਰ ਦੋਗਾ ਪੈਦਾ ਕਰਨ ਨੂੰ ਤੇ ਆਪਾਂ ਹੁਣ ਸੇਵ ਹੀ ਪੈਦਾ ਕਰ ਲਿਆ ਤੇ ਉਹ ਸਾਨੂੰ ਇਹੀ ਫਿਕਰ ਲੱਗਾ ਵੀ ਜੇ ਸਾਰੇ ਸੇਵ ਵਾਲੇ ਪਾਸੇ ਹੋ ਗਏ ਤਾਂ ਆਪਾਂ ਨੂੰ ਜਦੋਂ ਪੂਰੀ ਆ ਪੂਰਾ ਉਹ ਆਪਣੀ ਕੈਲੋ ਵੀ ਬਲੂਮ ਤੇ ਹੁੰਦਾ ਆ ਉਦੋਂ ਉਹਨੂੰ ਹੋਲਡ ਕਿਦਾਂ ਕਰਨਾ ਨਹੀਂ ਤਾਂ ਫਿਰ ਉਹ ਸ਼ੋਸ਼ਨ ਹੁੰਦਾ ਰੇਟ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਅੱਜ ਆਏ ਸੀਗੇ ਕਿ ਕਿਸ ਤਰ੍ਹਾਂ ਫਾਈਨਲੀ ਚੀਜ਼ ਇੱਕ ਹੀ ਨਜ਼ਰ ਆ ਰਹੀ ਆ ਕਿ ਕੋਸ਼ਿਸ਼ਾਂ ਸਾਨੂੰ ਆਪ ਹੀ ਕਰਨੀਆਂ ਪੈਣੀਆਂ ਤੇ ਇਕੱਠੇ ਹੋ ਕੇ ਕਰਨੀਆਂ ਪੈਣੀਆਂ ਸਾਰੀਆਂ ਚੀਜ਼ਾਂ ਸਰਕਾਰ ਨੇ ਵੀ ਨਹੀਂ ਕਰਨੀਆਂ ਪਰ ਜਿਹੜੀ ਐਕਸਪਰਟਿਸ ਦੀ ਲੋੜ ਆ ਉਹ ਸਾਨੂੰ ਇੱਥੇ ਜਿੱਦਾਂ ਆਪਾਂ ਇੱਥੇ ਖੜੇ ਆ ਅਜ ਗੁਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜਿੰਬਲੀ ਸੈਂਟਰ ਦੇ ਵਿੱਚ ਆ ਇਨਕੂਬੇਸ਼ਨ ਆ ਤੇ ਇੰਟਰਪ੍ਰੈਨਰਸ਼ਿਪ ਦੇ ਸਾਰੇ ਪ੍ਰੋਗਰਾਮ ਇੱਥੇ ਚੱਲਦੇ ਆ ਤਾਂ ਉਹ ਅਸੀਂ ਡਾਕਟਰ ਪਤੀ ਜੀ ਦਾ ਨਾਮ ਧੰਨਵਾਦੀ ਆ ਕਿ ਉਹ ਜਦੋਂ ਵੀ ਕੋਈ ਐਕਸਪਰਟ ਕੋਈ ਆਉਂਦੇ ਆ ਬਾਹਰੋਂ ਇੱਕ ਆਮ ਕਿਸਾਨ ਦਾ ਤੇ ਸਿੱਧਾ-ਸਿੱਧਾ ਕੰਟੈਕਟ ਨਹੀਂ ਨਾ ਹੁੰਦਾ ਅਸੀਂ ਛੋਟੀਆਂ-ਮੋਟੀਆਂ ਖੇਤੀਬਾੜੀ ਸੰਸਥਾਵਾਂ ਨਾਲ ਜੁੜੇ ਆ ਪਰ ਇਹ ਜਿਹੜੇ ਅੰਤਰਰਾਸ਼ਟਰੀ ਲੈਵਲ ਦੇ ਮਾਹਰ ਨੇ ਜਦੋਂ ਇਹਨਾਂ ਨਾਲ ਗੱਲਬਾਤ ਹੁੰਦੀ ਆ ਉਹ ਆਪਣਾ ਕੋਈ ਵਿਜ਼ਨ ਪੇਸ਼ ਕਰਦੇ ਆ ਆਲਰੇਡੀ ਇਹਨਾਂ ਕੁਝ ਹੋ ਰਿਹਾ ਗਾ ਆਉਣ ਵਾਲੇ ਸਮੇਂ 'ਚ ਹੋਣ ਜਾ ਰਿਹਾ ਤੇ ਅਸੀਂ ਖਾਸ ਕਰ ਮਾਝੇ ਦੇ ਵਿੱਚ ਇਹ ਇਹੋ ਜੀ ਜਗ੍ਹਾ ਬੈਠੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਦੀ ਹੁਣ ਤੋਂ ਹੀ ਬੜੀ ਤਗੜੀ ਮਹੱਤਤਾ ਆ ਕੱਲ ਨੂੰ ਬਾਰਡਰ ਖੁੱਲ ਗਿਆ ਤੇ ਬਿਲਕੁਲ ਆਪਾਂ ਸੈਂਟਰ 'ਚ ਆ ਮਿਡਲ ਈਸਟ ਦੇ ਇਧਰ ਸੈਂਟਰਲ ਏਸ਼ੀਆ ਦੇ ਤੇ ਈਸਟ ਯੂਰਪ ਦੇ ਪਰ ਕੀ ਆਪਾਂ ਉਹਦੇ ਵਾਸਤੇ ਤਿਆਰ ਹੈਗੇ ਆ ਉਹ ਉਹਨਾਂ ਕੋਸ਼ਿਆਂ ਦੇ ਵਿੱਚ ਆ ਜਿੰਨੇ ਸਿਆਣੇ ਸਾਡੇ ਸਾਡੇ ਮੇਰੇ ਗਰੁੱਪ ਦੇ ਮੈਂਬਰ ਆ ਜਿੱਥੇ ਵੀ ਕੋਈ ਸਾਨੂੰ ਇਦਾਂ ਦੱਸ ਪੁੱਛ ਪੈਂਦੀ ਆ ਤੇ ਅਸੀਂ ਪਹੁੰਚਦੇ ਆ ਸਿੱਖਣ ਦੀ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕੀ ਤਬਦੀਲੀਆਂ ਸਾਨੂੰ ਆਪਣੀ ਸੋਚ ਵਿੱਚ ਸਰ ਅੱਜ ਸਿੱਖਣ ਵਾਸਤੇ ਕੀ ਮਿਲਿਆ ਜੀ ਸਿੱਖਣ ਨੂੰ ਇਹੀ ਮਿਲਿਆ ਕਿ ਜਿਹੜੀਆਂ ਉਹ ਦੋਨੋਂ ਮਾਹਿਰ ਸੀਗੇ ਇੱਕ ਤੇ ਚਲੋ ਇਨਕੂਬੇਸ਼ਨ ਦੇ ਮਾਹਿਰ ਨੇ ਫਿਲਹਾਲ ਜਿਹੜੀ ਫਾਰਮਿੰਗ ਸੈਕਟਰ ਆ ਉਹਦੇ ਵਿੱਚ ਇੰਕੂਬੇਸ਼ਨ ਦੀ ਇੰਪੋਰਟੈਂਸ ਬਹੁਤ ਆ ਪਰ ਨਾਰਮਲ ਕਿਸਾਨ ਨੂੰ ਅਜੇ ਇਹਨਾਂ ਗੱਲਾਂ ਦਾ ਪਤਾ ਨਹੀਂਗਾ ਹਾਲਾਂਕਿ ਟਿਸ਼ੂ ਕਲਚਰ ਇਹ ਵੋ ਸਾਰਾ ਕੁਝ ਆ ਗਿਆ ਉਹ ਵੀ ਆਪਾਂ ਇੱਥੇ ਡਾਕਟਰ ਪ੍ਰਤਾਪ ਕੁਮਾਰ ਪਤੀ ਜੀ ਹਣੀ ਸਾਨੂੰ ਨਾਲੋ ਨਾਲ ਉਹਦੇ ਬਾਰੇ ਇਨਲਾਈਟਨ ਕਰਦੇ ਰਹਿੰਦੇ ਆ ਤੇ ਦੂਸਰੇ ਜਿਹੜੇ ਮਾਇਰ ਸੀਗੇ ਉਹਨਾਂ ਨੇ ਦੱਸਿਆ ਉਹਨਾਂ ਨੇ ਬਲਕਿ ਸਾਨੂੰ ਪੁੱਛਿਆ ਹੀ ਆ ਕਿ ਜਿਹੜੀ ਪੰਮ ਸੰਸਥਾ ਆ ਜਿਹਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਤਕਰੀਬਨ 3500 ਐਕਸਪਰਟ ਨੇ ਉਹਨਾਂ ਚੋਂ ਕਿਸੇ ਵੀ ਵਿਸ਼ੇ 'ਚ ਖੇਤੀਬਾੜੀ ਵੀ ਮਾਰਕੀਟਿੰਗ ਆ ਪ੍ਰੋਸੈਸਿੰਗ ਆ ਟੈਕਸਟਾਈਲ ਆ ਕੁਝ ਵੀ ਆ ਉਹ ਸਾਰੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਦੀ ਲੋੜ ਆ ਤਾਂ ਉਹਨਾਂ ਦੀ ਇੱਕ ਪਾਲਿਸੀ ਆ ਕਿ ਉਹ ਫ੍ਰੀ ਆਫ ਕਾਸਟ ਹੋਣਗੇ ਬਸ ਆਪਾਂ ਉਹਨਾਂ ਨੂੰ ਇੱਥੇ ਰੱਖਣ ਦਾ ਰਹਿਸ਼ਦਾ ਤੇ ਖਾਣ ਪੀਣ ਦਾ ਖਰਚਾ ਦੇਣਾ ਵਾ ਉਹ ਸਾਰਾ ਕੁਝ ਉਹਨਾਂ ਨੇ ਇੱਕ ਕਿਸਮ ਦਾ ਪ੍ਰਪੋਜ਼ ਹੀ ਕੀਤਾ ਆ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਮਦਦ ਦੀ ਲੋੜ ਆ ਤਾਂ ਜਿਹੜੀ ਪੰਮ ਸੰਸਥਾ ਆ ਨੀਦਰਲੈਂਡ ਦੀ ਪੀਯੂਐਮ ਪੰਮ ਕਰਕੇ ਉਹ ਇੱਕ ਸੁਸਾਇਟੀ ਆ ਸਮਝ ਲਓ ਜਿਹਨੂੰ ਨੀਦਰਲੈਂਡ ਦੀ ਗਵਰਨਮੈਂਟ ਫੰਡਿੰਗ ਕਰਦੀ ਆ ਉਹਦੇ ਚ ਆਲ ਓਵਰ ਵਰਲਡ ਦੇ ਐਕਸਪਰਟ ਨੇ ਉਹ ਵੱਖ-ਵੱਖ ਕਿਸਮ ਦੇ ਆ ਸਾਡਾ ਮੇਨ ਮੁੱਦਾ ਸੀਗਾ ਐਗਰੀਕਲਚਰ ਨੂੰ ਲੈ ਕੇ ਤੇ ਕਣਕ ਝੋਨੇ ਦੇ ਸਰਕਲ ਤੋਂ ਬਾਹਰ ਜਾ ਕੇ ਜਿਹੜੀਆਂ ਸਾਡਾ ਇਲਾਕਾ ਖਾਸ ਕਰਕੇ ਮਾਝਾ ਵਾ ਇਹਦੇ ਵਿੱਚ ਹਾਈ ਵੈਲਿਊ ਕ੍ਰੌਪ ਜਿਹੜੀਆਂ ਵਾਂ ਉਹ ਗੁੱਡ ਐਗਰੀਕਲਚਰ ਪ੍ਰੈਕਟਿਸ ਨਾਲ ਪੈਦਾ ਵੀ ਕਿਵੇਂ ਕਰਨੀਆਂ ਤਾਂ ਕਿ ਉਹਨਾਂ ਦੀ ਗੁਣਵੱਤਾ ਕੁਆਲਿਟੀ ਵੀ ਵਧੀ ਤੇ ਪਲੱਸ ਉਹਨਾਂ ਦੀ ਮਾਰਕੀਟਿੰਗ ਸਟੋਰੇਜ ਪ੍ਰੋਸੈਸਿੰਗ ਡਰਾਇੰਗ ਕਰਨਾ ਉਹ ਸਾਰਾ ਕੁਝ ਸਾਂਝਾ ਕੀਤਾ ਹੈ ਪਰ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆਵੇਂ ਇਹ ਤਾੜੀ ਇੱਕ ਹੱਥ ਨਾਲ ਨਹੀਂ ਵੱਜਣੀ ਕੁਝ ਕਿਸਾਨਾਂ ਦਾ ਮਾਈਂਡਸੈਟ ਕੁਝ ਸਰਕਾਰ ਦਾ ਵੀ ਮਾਈਂਡਸੈਟ ਤੇ ਤੀਜਾ ਜਦੋਂ ਮਾਹਿਰ ਜਿਹੜੇ ਨੇ ਐਕਸਪਰਟ ਆ ਉਹ ਗਾਈਡ ਕਰਨਗੇ ਫਿਰ ਗੱਡੀ ਕਿਸ ਨਾ ਕਿਸੇ ਪਾਸੇ ਲੱਗੂਗੀ ਜਾਂ ਲੱਗ ਸਕਦੀ ਆ ਜੀ ਤੁਹਾਨੂੰ ਸਿੱਖਣਾ ਚਾਹੀਦਾ ਇਹੀ ਬਾਜੋ ਸਾਹਿਬ ਨੇ ਸਾਰਾ ਕੁਝ ਸਾਫ ਸਾਫ ਦੱਸ ਦਿੱਤਾ ਹੈ ਕਿ ਜੋ ਕੁਝ ਵੀ ਸਾਡੇ ਕਿਸਾਨਾਂ ਦੇ ਨਾਲ ਸੰਬੰਧਿਤ ਹੈਗਾ ਜਾਂ ਟੈਕਸਟਾਈਲ ਦੇ ਜਿੰਨੇ ਵੀ ਆਪਣੇ ਉਦਮੀਏ ਉਹਨਾਂ ਦੇ ਨਾਲ ਸੰਬੰਧਿਤ ਜੋ ਕੁਝ ਗੱਲਾਂ ਹੈ ਤੇ ਡਿਸਕਸ ਹੋਈਆਂ ਨੇ ਆਉਣ ਵਾਲੀ ਸਮਾਂ ਜਿਹੜਾ ਹੈਗਾ ਵਾ ਉਹ ਮਾਰਕੀਟਿੰਗ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਚੁਣੌਤੀਆਂ ਭਰਿਆ ਵਾ ਅਸੀਂ ਚੀਜ਼ ਪ੍ਰੋਡਿਊਸ ਕਰ ਲਿਨੇ ਆ ਮਾਰਕੀਟ ਦੇ ਵਿੱਚ ਜਦੋਂ ਸਾਡੇ ਕੋਲ ਖਰੀਦਦਾਰ ਨਹੀਂ ਹੁੰਦੇ ਜਾਂ ਸਹੀ ਵਿਧੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਸਾਰਿਆਂ ਨੂੰ ਡਿਸਕਸ ਕਰਨ ਦੀ ਲੋੜ ਆ ਔਰ ਕਿਸਾਨਾਂ ਤੇ ਉਦਯੋਗਪਤੀਆਂ ਤੱਕ ਇਹ ਗੱਲਾਂ ਜਿਹੜੀਆਂ ਹੈਗੀਆਂ ਹੋਰ ਅਗਲੀਆਂ ਬੈਠਕਾਂ ਦੇ ਵਿੱਚ ਡਿਸਕਸ ਕਰਨੀਆਂ ਚਾਹੀਦੀਆਂ ਵਾ ਮਿਲਵਰਤ ਕੇ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਉਦਮ ਕਰਨੇ ਪੈਣੇ ਆ ਜੀ ਮੈਂ ਇਹਨਾਂ ਦੀ ਗੱਲ 'ਚ ਇੱਕ ਵਾਅਦਾ ਕਰਾਂ ਅੱਜ ਸਾਡਾ ਕੋਈ 350 ਮੈਂਬਰ ਆ ਤੇ ਪਰ ਕਿਉਂਕਿ ਜਿਹੜੇ ਅੰਮ੍ਰਿਤਸਰ ਦੇ 30 40 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੀ ਸਾਨੂੰ ਡਾਕਟਰ ਪਤੀ ਜੀ ਨੇ ਕਿਹਾ ਵੀ ਕੋਈ ਸੱਤ ਬੰਦੇ ਇਹ ਸਾਰੇ ਕ੍ਰੀਮ ਹੀ ਆਏ ਆ ਗੱਲ ਕੀਤੀ ਤੁਸੀਂ ਆਜਾਦਵਿੰਦਰ ਆ ਹਲਦੀ ਦੇ ਵਿੱਚ ਬਹੁਤ ਸੋਹਣਾ ਕੰਮ ਆ ਆ ਰਾਜਵੀਰ ਸਿੰਘ ਆ ਇਹ ਗੁੜ ਦੇ ਵਿੱਚ ਮੈਂ ਕਹਿੰਦਾ ਵੀ ਸਾਡੇ ਮਾਝੇ ਦੇ ਵਿੱਚ ਨੰਬਰ 1 ਇਹਦੇ ਵਰਗਾ ਗੋੜ ਕੋਈ ਨਹੀਂ ਕਿਉਂਕਿ ਉਹ ਆਪਣਾ ਹੀ ਗੰਨਾ ਇੰਨੀ ਵਧੀਆ ਪ੍ਰੈਕਟਿਸ ਨਾਲ ਹੈ ਇਹ ਸਾਡੇ ਨੌਜਵਾਨ 80 ਸਾਲ ਦੇ ਸਰਦਾਰ ਕਾਬਲ ਸਿੰਘ ਗੁਰਾਇਆ ਮੈਨੇਜਰ ਸਾਹਿਬ ਇਹਨਾਂ ਕੋਲ ਇੱਕ ਇੰਟੀਗ੍ਰੇਟਿਡ ਫਾਰਮਿੰਗ ਮਾਡਲ ਇਹ ਕਹਿਣ ਦਾ ਮਤਲਬ ਹੈ ਇੱਕੋ ਜਗ੍ਹਾ ਇਹ 20-25 ਫਸਲਾਂ ਹਰ ਇੱਕ ਚੀਜ਼ ਮਤਲਬ ਕਹਿ ਲਓ ਜੋ ਵੀ ਤੁਸੀਂ ਸੋਚੋ ਗੋਬਰ ਗੈਸ ਸੋਲਰ ਮੱਛੀ ਪਾਲਣ ਮੁਰਗੀ ਪਾਲਣ ਆਰਗੇਨਿਕ ਕਿਚਨ ਡੇਰੀ ਤੇ ਹਰ ਤਰ੍ਹਾਂ ਦੀ ਫਸਲ ਬੜੀ ਤੇ ਅਸੀਂ ਸਾਰਿਆਂ ਨੂੰ ਇੱਕ ਡੇਰੀ ਫਾਰਮਰ ਸੀ ਕਿ ਸਾਡਾ ਗੁਰਜਿੰਦਰ ਸਿੰਘ ਤੇ ਇੱਕ ਨਰਸੀ ਐਕਸਪਰਟ ਹੀ ਹਰਮਨ ਸਿੰਘ ਚੰਡ ਸਾਰੇ ਆਪਾਂ ਆਏ ਇਸੇ ਕਰਕੇ ਵੀ ਜਿਹੜੇ ਖੇਤੀ ਇੱਥੇ ਪਹੁੰਚ ਸਕਣ ਮੇਨ ਗੱਲ ਮੈਂ ਤੁਹਾਡੇ ਰਾਂ ਹੀ ਤੁਹਾਡੀ ਚੈਨਲ ਕਾਫੀ ਸਾਰੇ ਲੋਕ ਵੇਖਦੇ ਆ ਇੱਕ ਗੱਲ ਸਾਨੂੰ ਸਮਝ ਆ ਗਈ ਆ ਹੁਣ ਉਹ ਪਾਕੀ ਪੰਜਾਬ ਦੇ ਕਿਸਾਨਾਂ ਨੂੰ ਸਮਝ ਕਦੋਂ ਆਉਂਦੀ ਹੈ ਇਹ ਗੱਲ ਮੈਂ ਕਹਿ ਨਹੀਂ ਸਕਦਾ ਪਰ ਜੇ ਗੁਜਰਾਤ ਮਹਾਰਾਸ਼ਟਰ ਤੇ ਦੱਖਣੀ ਭਾਰਤ ਦੇ ਕਿਸਾਨ ਇਕੱਠੇ ਹੋ ਕੇ ਇੱਕ ਮੰਚ ਰਹੀਂ ਤੇ ਜੇ ਉਹ 1700 ਟਨ ਕੇਲਿਆਂ ਦੇ ਚਿਪਸੀ ਕੇਰਲਾ ਵਾਲੇ ਉਧਰ ਭੇਜ ਰਿਆ ਹਾਲੈਂਡ ਨੂੰ ਜਾ ਰਿਹਾ ਤੇ ਸਾਡੇ ਕੋਲ ਦੇ ਇੱਥੇ ਖਾਸ ਕਰਕੇ ਮਾਝੇ ਦੇ ਵਿੱਚ ਇਹ ਹਾਰਟੀਕਲਚਰ ਏਰੀਆ ਵਾ ਸਾਰਾ ਸਾਨੂੰ ਚੋਂ ਕਣਕ ਝੋਨੇ ਚੋਂ ਨਿਕਲ ਕੇ ਬਾਗਬਾਨੀ ਚ ਆ ਗਏ ਉਹਦੀਆਂ ਪ੍ਰੋਸੈਸਿੰਗਾਂ ਦੀ ਇੰਨੀ ਖੁੱਲੀ ਮਾਰਕੀਟ ਆ ਪਰ ਉਹ ਸਾਰਾ ਕੁਝ ਨਾ ਜੇ ਸਰਕਾਰ ਆ ਲਵਿੰਦੇ ਰਹੇ ਉਹਨਾਂ ਨੇ ਸ਼ਾਇਦ ਨਾ ਕਰੇ ਨਾ ਕਰ ਨਾ ਸਕਦੀ ਹੋਵੇ ਪਰ ਜੇ ਕਿਸਾਨ ਇਕੱਠੇ ਹੋ ਗਏ ਤੇ ਪਲੇਟਫਾਰਮ ਤੇ ਆਪਣਾ ਮਾਈਂਡ ਸੈਟ ਕਰ ਲੈਣ ਇੱਕ ਦੂਜੇ ਦਾ ਭਲਾ ਮੰਗਣ ਸਰਬੱਤ ਦੇ ਭਲੇ ਨਾਲ ਥੋੜਾ ਜਿਹਾ ਸੈਲਫਲੈਸ ਹੋ ਕੇ ਚੱਲਾਂਗੇ ਨਾ ਤੇ ਫੇਰ ਆਉਣ ਵਾਲਾ ਸਮਾਂ ਚੰਗਾ ਵਾ ਨਹੀਂ ਤੇ ਫਿਰ ਆਪਾਂ ਕਿਸੇ ਨਾ ਕਿਸੇ ਦੀ ਮਜ਼ਦੂਰੀ ਕਰਾਂਗੇ ਕਰਨ ਵਾਲਿਆਂ ਨੇ ਇਹ ਕੰਮ ਕਰਨਾ ਹੈ